ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਤਵਾਰ ਯਾਨੀ ਕਿ 5 ਅਪ੍ਰੈਲ ਰਾਤ 9:09 ਤੱਕ ਲੋਕਾਂ ਨੂੰ ਮੋਮਬੱਤੀਆਂ ਤੇ ਮਸ਼ਾਲਾਂ ਜਗਾਉਣ ਦੀ ਅਪੀਲ ਕੀਤੀ ਗਈ ਸੀ ਜਿਸ ਦਾ ਅਸਰ ਪੂਰੇ ਦੇਸ਼ ਵਿੱਚ ਦਿਖਾਈ ਦਿੱਤਾ ਪਰ ਇਸ ਨੂੰ ਲੈ ਕੇ ਸੁਖਪਾਲ ਸਿੰਘ ਖਹਿਰਾ ਮੋਦੀ ਸਰਕਾਰ ਤੇ ਵਰਦੇ ਦਿਖਾਈ ਦੇ ਰਹੇ ਨੇ ਅਤੇ ਨਾਲ ਹੀ ਉਹਨਾਂ ਪਟਾਕੇ ਚਲਾਉਣ ਵਾਲੇ ਲੋਕਾਂ ਤੇ ਵੀ ਆਪਣੀ ਭੜਾਸ ਕੱਢੀ ਹੈ ਖਹਿਰਾ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨੇ ਤਾਂ ਸਿਰਫ ਲੋਕਾਂ ਨੂੰ ਦੀਵੇ ਜਗਾਉਣ ਲਈ ਆਖਿਆ ਸੀ ਪਰ ਲੋਕਾਂ ਨੇ ਤਾਂ ਪਟਾਕੇ ਚਲਾਉਣੇ ਸ਼ੁਰੂ ਕਰ ਦਿੱਤੇ ਅਤੇ ਮਾਹੌਲ ਦੀਵਾਲੀ ਵਰਗਾ ਬਣ ਗਿਆ ਪਰ ਇਸ ਤੇ ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਜਿੱਥੇ ਦੇਸ਼ ਵਿੱਚ ਅਤੇ ਦੁਨੀਆ ਵਿੱਚ ਲੱਖਾਂ ਲੋਕ ਇਸ ਤੋਂ ਪ੍ਰਭਾਵਿਤ ਨੇ ਅਤੇ ਕੋਰੋਨਾ ਵਾਇਰਸ ਨਾਲ ਵੱਡੀ ਗਿਣਤੀ ਵਿੱਚ ਲੋਕਾਂ ਦੀ ਮੌਤ ਹੋ ਚੁੱਕੀ ਹੈ ਪਰ ਲੋਕ ਇਸ ਮੌਕੇ ਮਜ਼ਾਕ ਬਣਾ ਰਹੇ ਨੇ ਇੱਥੇ ਸੁਖਪਾਲ ਸਿੰਘ ਖਹਿਰਾ ਦਾ ਇਹ ਵੀ ਕਹਿਣਾ ਕਿ ਪ੍ਰਧਾਨ ਮੰਤਰੀ ਨੂੰ ਅਜਿਹੀਆਂ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਜੋ ਆਪਣੇ ਫਾਇਦੇ ਲਈ ਲੋਕਾਂ ਨੂੰ ਵਰਤ ਰਹੇ ਨੇ ਉਹਨਾਂ ਦਾ ਕਹਿਣਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋਤਿਸ਼ ਵਿੱਦਿਆ ਦੇ ਆਧਾਰ ਤੇ ਇਹ ਸਭ ਗੱਲਾਂ ਕਰ ਰਹੇ ਨੇ ਅਤੇ ਲੋਕਾਂ ਨੂੰ ਆਪਣੇ ਪੱਖ ਵਿੱਚ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿਸ ਤਰ੍ਹਾਂ ਸੁਖਪਾਲ ਸਿੰਘ ਖਹਿਰਾ ਨੇ ਪਟਾਕੇ ਚਲਾਉਣ ਵਾਲੇ ਲੋਕਾਂ ਤੇ ਭੜਾਸ ਕੱਢੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਹਨਾਂ ਫੈਸਲਿਆਂ ਦਾ ਵਿਰੋਧ ਕੀਤਾ ਤੁਸੀਂ ਖੁਦ ਹੀ ਦੇਖ ਲਓ ਅੱਜ ਮੈਂ ਜਿਹੜੀ ਗੱਲ ਕਰਨਾ ਚਾਹੁੰਦਾ ਵਾਂ ਕਿ ਜੋ ਕੱਲ ਰਾਤ ਜਿਸ ਢੰਗ ਦੇ ਨਾਲ ਇੱਕ ਮਜ਼ਾਕ ਉਡਾਇਆ ਗਿਆ ਨਾ ਆਪਣੇ ਜਮਹੂਰੀਅਤ ਦਾ ਪ੍ਰਾਈਮ ਮਿਨਿਸਟਰ ਮੋਦੀ ਜੀ ਨੇ ਜਿਹੜੀ ਕਾਲ ਦਿੱਤੀ ਸੀਗੀ ਕਿ 5 ਅਪ੍ਰੈਲ ਨੂੰ ਰਾਤ 9:09 ਵਾਸਤੇ ਤੁਸੀਂ ਮੋਮਬੱਤੀਆਂ ਲੈ ਕੇ ਅਤੇ ਤੁਸੀਂ ਹੌਸਲਾ ਅਫਜ਼ਾਈ ਕਰਨੀ ਹੈ ਇਕਜੁੱਟਤਾ ਦਿਖਾਉਣੀ ਹੈ ਪਰ ਮੇਰਾ ਖਿਆਲ ਹੈ ਕਿ ਪ੍ਰਾਈਮ ਮਿਨਿਸਟਰ ਸਾਹਿਬ ਦੇ ਮੈਸੇਜ ਨੂੰ ਇੰਨਾ ਬੁਰੀ ਤਰ੍ਹਾਂ ਮਿਸਯੂਜ਼ ਕੀਤਾ ਗਿਆ ਔਰ ਐਡਾ ਵੱਡਾ ਮਜ਼ਾਕ ਉਡਾਇਆ ਗਿਆ ਕੱਲ੍ਹ ਰਾਤ ਕਿ ਲੋਕ ਪਟਾਕੇ ਚਲਾਉਣ ਲੱਗ ਗਏ ਜਿੱਦਾਂ ਦੀਵਾਲੀ ਦਾ ਮਾਹੌਲ ਹੁੰਦਾ ਮਸ਼ਾਲਾ ਲੈ ਕੇ ਵੈਸੇ ਤਾਂ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਆਪ ਵੀ ਬਹੁਤ ਅਗਰ ਤੁਸੀਂ ਆਪ ਹੀ 10 ਫੁੱਟ ਦੀ ਮਸ਼ਾਲ ਬਾਲ ਕੇ ਇੱਥੇ ਲਾਗੇ ਖੜੇ ਹੋ ਤਾਂ ਲੋਕਾਂ ਨੇ ਤਾਂ 10 ਦੀ ਬਜਾਏ 20 ਫੁੱਟ ਦੀਆਂ ਮਸ਼ਾਲਾਂ ਚੱਕ ਕੇ ਪਟਾਕੇ ਚਲਾਉਣੇ ਸੀਗੇ ਤੁਹਾਨੂੰ ਆਪ ਅਗਰ ਸੰਜਮ 'ਚ ਰਹਿ ਕੇ ਇੱਕ ਮੋਮਬੱਤੀ ਫੜ ਕੇ ਆਪਣੀ ਤਾਂ ਅਪੀਲ ਕਰਨੀ ਚਾਹੀਦੀ ਸੀ ਕਿ ਇਸ ਤੋਂ ਜ਼ਿਆਦਾ ਨਹੀਂ ਤੁਸੀਂ ਕੁਛ ਕਰਨਾ ਉਹ ਤਾਂ ਫਿਰ ਵੀ ਸਾਨੂੰ ਕੁਛ ਸਮਝ ਆਉਂਦਾ ਸੀ ਹਾਲਾਂਕਿ ਅੱਜ ਦੇ ਜਿਸ ਤਰ੍ਹਾਂ ਦਾ ਕੋਰੋਨਾ ਦਾ ਕਹਿਰ ਮਚਿਆ ਸਾਰੀ ਦੁਨੀਆ ਦੇ ਵਿੱਚ ਇਹ ਸਾਡੀ ਸਮਝ ਤੋਂ ਬਾਹਰ ਆ ਕਿ ਇਹ ਕੀ ਲੌਜਿਕ ਆ ਬਹੁਤੇ ਲੋਕ ਤਾਂ ਵੈਸੇ ਇਹ ਕਹਿੰਦੇ ਨੇ ਕਿ ਇਹ ਪ੍ਰਾਈਮ ਮਿਨਿਸਟਰ ਸਾਹਿਬ ਜਿਹੜੇ ਨੇ ਇਹ ਜੋਤਿਸ਼ ਵਿੱਦਿਆ ਦੇ ਆਧਾਰ 'ਤੇ ਲਾਲ ਕਿਤਾਬ ਦੇ ਆਧਾਰ ਦੇ ਉੱਤੇ ਇਹ ਇਸ ਤਰ੍ਹਾਂ ਦੀਆਂ ਊਲ ਜਲੂਲ ਜੀਆਂ ਗੱਲਾਂ ਸਿਖਾਈਆਂ ਜਾ ਰਹੀਆਂ ਨੇ ਉਹਨਾਂ ਨੂੰ ਕੋ ਆਪਣੇ ਕੈਲਕੂਲੇਸ਼ਨ ਕੀਤੀ ਕਿ ਤੁਹਾਨੂੰ ਅਗਰ ਤੁਸੀਂ ਜੋਤਿਸ਼ ਐਸਟ੍ਰੋਲੋਜੀ ਦੇ ਹਿਸਾਬ ਦੇ ਨਾਲ ਕਰੋਗੇ ਤਾਂ ਇਹ ਤੁਹਾਨੂੰ ਜ਼ਾਤੀ ਤੌਰ 'ਤੇ ਜਾਂ ਤੁਹਾਡੀ ਪਾਰਟੀ ਨੂੰ ਫਾਇਦਾ ਹੋਵੇਗਾ ਬਹੁਤੇ ਲੋਕਾਂ ਦਾ ਮੰਨਣਾ ਇਹ ਆ ਕਿਉਂਕਿ ਆਪਾਂ ਕਿਹੜਾ ਜੰਗ ਫਤਿਹ ਕੀਤਾ ਵਾ ਜਾਂ ਤਾਂ ਹੁੰਦਾ ਨਾ ਕਿ ਆਪਾਂ ਸਾਰੀ ਦੁਨੀਆ 'ਚੋਂ ਕਰੋਨਾ ਜਿਹੜੀ ਆ ਉਹ ਬਾਕੀ ਜਗ੍ਹਾ ਕਰੋਨਾ ਹੈਗੀ ਆ ਲੇਕਿਨ ਅਸੀਂ ਭਾਰਤ 'ਚੋਂ ਕਰੋਨਾ ਮੁਕਾ ਦਿੱਤੀ ਆ ਜਿਹੜਾ ਅੱਜ ਦਾ ਅਖਬਾਰਾਂ ਦਾ ਡਾਟਾ ਕੀ ਕਹਿੰਦਾ ਵਾ ਕਿ 12.5 ਲੱਖ ਲੋਕ ਇਫੈਕਟਡ ਨੇ ਵਰਲਡ ਵਾਈਡ ਉਹਦੇ 'ਚੋਂ ਲਗਭਗ 68,000 ਮੌਤਾਂ ਹੋਈਆਂ ਦੁਨੀਆ ਦੇ ਵਿੱਚ ਅਤੇ ਇੰਡੀਆ ਵਿੱਚ ਆਲਮੋਸਟ 3600 ਲੋਕ ਇਫੈਕਟਡ ਨੇ ਅਤੇ 83 ਮੌਤਾਂ ਹੋਈਆਂ ਇਹਨਾਂ ਮੌਤਾਂ ਵਿੱਚ ਮਰਨ ਵਾਲਿਆਂ ਵਿੱਚ ਜਿਹੜੇ ਮੈਡੀਕਲ ਲਾਈਨ ਦੇ ਵਿੱਚ ਹੈਲਪ ਕਰ ਰਹੇ ਸੀ ਗਰੀਬਾਂ ਨੂੰ ਜਿਹੜੇ ਪੇਸ਼ੈਂਟਸ ਦੀ ਮਦਦ ਕਰ ਰਹੇ ਡਾਕਟਰਸ ਨਰਸਿਸ ਪੈਰਾਮੈਡੀਕਲ ਸਟਾਫ ਉਹਨਾਂ ਲੋਕਾਂ ਦੀਆਂ ਮੌਤਾਂ ਹੋਈਆਂ ਨੇ ਬਹੁਤ ਸਾਰੇ ਔਰ ਤੁਸੀਂ ਰਾਗੀ ਨਿਰਮਲ ਸਿੰਘ ਦੀ ਮੌਤ ਦੇਖੀ ਕਿਸ ਢੰਗ ਦੇ ਨਾਲ ਉਹਨਾਂ ਦੀ ਆਡੀਓ ਲੀਕ ਹੋਈ ਕਹਿੰਦੇ ਕਿ ਇੱਥੇ ਕੋਈ ਦਵਾਈ ਦੇਣ ਵਾਲਾ ਨਹੀਂ ਗਾ 4 ਘੰਟੇ ਤੋਂ ਮੈਂ ਇੰਤਜ਼ਾਰ ਕਰ ਰਿਹਾ ਕਿਸੇ ਨੇ ਮੈਨੂੰ ਮੇਰੀ ਹਾਲ ਨਹੀਂ ਪੁੱਛੀ ਮੇਰੀ ਦਵਾਈ ਨਹੀਂ ਦਿੱਤੀ ਔਰ ਉਹਦੀ ਮੌਤ ਹੋਈ ਇੱਕ ਐਮੀਨੈਂਟ ਪਦਮ ਸ਼੍ਰੀ ਇੱਕ ਅਵਾਰਡੀ ਦੀ ਆਪਾਂ ਕਿਹੜੀ ਗੱਲ ਦੇ ਪਟਾਕੇ ਕੱਲ੍ਹ ਚਲਾਏ ਰਾਤ ਉੱਠ ਕੇ ਕਿਹੜੀਆਂ ਮਸ਼ਾਲਾਂ ਚੱਕ ਕੇ ਆਪਾਂ ਕਿਹੜੇ ਬਾਰਡਰ ਫਤਿਹ ਕੀਤੇ ਨੇ ਬਹੁਤ ਅਫਸੋਸ ਹੋਇਆ ਸੰਗ ਆਈ ਮੈਨੂੰ ਦੁੱਖ ਵੀ ਹੋਇਆ ਕਿ ਇੱਕ ਪਾਸੇ ਲੋਕ ਮਰ ਰਹੇ ਨੇ ਇੱਕ ਪਾਸੇ ਸਾਰੀ ਦੁਨੀਆ ਹਤਾਸ਼ ਭਾਵਾਂ ਦੂਜੇ ਦੇਸ਼ਾਂ 'ਚ ਲੋਕ ਮਰ ਰਹੇ ਨੇ ਹੈ ਤਾਂ ਇਨਸਾਨ ਹੀ ਨੇ ਨਾ ਆਪਾਂ ਇਨਸਾਨ ਪੈਦਾ ਹੋਏ ਨਾ ਇਸ ਲਈ ਇਹ ਜਿਹੜਾ ਕੱਲ੍ਹ ਇੱਕ ਜਮਹੂਰੀਅਤ ਦਾ ਨਜਾਇਜ਼ ਫਾਇਦਾ ਉਠਾ ਕੇ ਔਰ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਇਹਦੇ ਨਾਲ ਬਹੁਤ ਅੱਛੀਆਂ ਗੱਲਾਂ ਕਹਿਣੀਆਂ ਚਾਹੀਦੀਆਂ ਸੀ ਕਿ ਅਸੀਂ ਆਹ ਪੋਲਿਸੀ ਬਣਾਈ ਆ ਕਰੋਨਾ ਨਾਲ ਡੀਲ ਕਰਨ ਵਾਸਤੇ ਅਗਲੇ 1 ਮਹੀਨੇ ਦਾ ਪਲਾਨ ਅਗਲੇ 3 ਮਹੀਨਿਆਂ ਦਾ ਸਾਡਾ ਪਲਾਨ ਇਸ ਕ੍ਰਾਈਸਿਸ ਨੂੰ ਟੈਕਲ ਕਰਨ ਵਾਸਤੇ ਇਹਦੀ ਇਕਨੋਮੀ ਨੂੰ ਟੈਕਲ ਕਰਨ ਵਾਸਤੇ ਅਸੀਂ ਇਹਦੇ ਵਾਸਤੇ ਕਿੱਦਾਂ ਦਾ ਬੰਦੋਬਸਤ ਕਰ ਰਹੇ ਹਾਂ ਹੁਣ ਦੇਖੋ ਸਾਹਮਣੇ ਗੱਲ ਆ ਰਹੀ ਪੰਜਾਬ ਦੇ ਵਿੱਚ ਕਿ ਜਿਹੜੇ PPE ਜਿਹੜੀ PPE ਕਿੱਟਸ ਆ ਚਾਹੀਦੀਆਂ ਜਿਹੜਾ ਜਿਹਨਾਂ ਨੇ ਕਰੋਨਾ ਵਾਇਰਸ ਦੇ ਪੇਸ਼ੈਂਟਸ ਨੂੰ ਟ੍ਰੀਟ ਕਰਨਾ ਉਹਨਾਂ ਦੀ ਬਕਾਇਦਾ ਇੱਕ ਪੂਰੀ ਡਰੈਸ ਆ ਉਹਨਾਂ ਦੇ ਪੂਰੇ ਨੋਰਮਲ ਮਾਸਕ ਨੇ ਉਹਨਾਂ ਦੇ ਪੂਰੇ ਹਾਈਟੈਕ ਮਾਸਕ ਨੇ ਉਹਨਾਂ ਦਾ ਪੂਰਾ ਤਾਂ ਕਿ ਮਰੀਜ਼ ਤੋਂ ਡਾਕਟਰ ਜਾਂ ਪੈਰਾਮੈਡਿਕਸ ਨੂੰ ਕਿਸੇ ਤਰ੍ਹਾਂ ਦੀ ਕੋਈ ਵਾਇਰਸ ਨਾ ਹੋਵੇ ਪੰਜਾਬ ਦੇ ਵਿੱਚ ਇੰਡੀਆ ਵਿੱਚ ਉਹ ਕਿੱਟਸ ਹੀ ਹੈ ਨਹੀਂਗੀਆਂ ਤਾਂ ਔਰ ਤੁਸੀਂ ਦੇਖ ਰਹੇ ਹੋ ਡਾਕਟਰਸ ਨੇ ਸਟ੍ਰਾਈਕ ਕੀਤੀ ਆ ਨਰਸਿਸ ਮੋਹਰੇ ਆ ਰਹੀਆਂ ਕਿ ਸਾਡੇ ਤੋਂ ਤੁਸੀਂ ਇਲਾਜ ਕਰਾਉਣਾ ਘੱਟੋ ਘੱਟ ਸਾਨੂੰ ਤਾਂ ਤੁਸੀਂ ਸੇਫਟੀ ਦੇ ਦਿਓ ਆਪਾਂ ਕੋਈ ਨਾ ਕਿੱਟ ਤਿਆਰ ਕੀਤੀ ਨਾ ਕੋਈ ਆਪਾਂ
ਵਾਇਰਸ ਦੇ ਵਾਸਤੇ ਕੋਈ ਆਪਣੇ ਕੋਲ ਟੈਸਟਿੰਗ ਕਿੱਟਸ ਨੇ ਨਾ, ਸਾਡੇ ਕੋਲ ਵੈਂਟੀਲੇਟਰਸ ਨੇ ਇੰਡੀਆ ਦੇ ਵਿੱਚ, ਪਰ ਆਪਾਂ ਮਸ਼ਾਲਾ ਚੱਕ ਕੇ ਪਟਾਕੇ ਚਲਾ ਕੇ ਆਪਣਾ ਹੀ ਜਲੂਸ ਕਢਾਇਆ, ਕਿਸੇ ਦਾ ਤਾਂ ਕੋਈ ਜਲੂਸ ਨਹੀਂ ਕਢਾਇਆ, ਸਾਰੀ ਦੁਨੀਆ ਹੱਸ ਰਹੀ ਆ। ਜਿਹੜੇ ਕੋਈ ਵੀ ਜਿਹੜੇ ਵਾਜਬ ਸੋਚ ਰੱਖਦੇ ਨੇ, ਜਿਹੜੇ 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 ਲੋਕ ਸਮਝਦਾਰ ਨੇ, ਉਹਨਾਂ ਸਾਰਿਆਂ ਨੇ ਇਸ ਗੱਲ ਨੂੰ ਬਹੁਤ ਨਿਖੇਧੀ ਕੀਤੀ। ਔਰ ਇੱਕ ਪਾਸੇ ਤੁਸੀਂ ਕਹਿੰਦੇ ਹੋ, ਸਾਰਾ ਇੱਕ ਪ੍ਰਚਾਰ ਕੀਤਾ ਜਾ ਰਿਹਾ ਜੀ ਕਿ ਦਿੱਲੀ ਦੇ ਵਿੱਚ ਇੱਕ ਈਦਗਾਹ ਦੇ ਵਿੱਚ ਤਬਲੀਗੀ ਲੋਕਾਂ ਨੇ ਇਕੱਠ ਕਰਕੇ ਅਤੇ ਵਾਇਰਸ ਨੂੰ ਬਹੁਤ ਵਧਾਇਆ ਵਾ, ਅਤੇ ਕੱਲ੍ਹ ਜਿਹੜਾ ਰਾਤ ਸਬੂਤ ਦਿੱਤਾ ਵਾ ਸਾਰੇ ਭਾਰਤ ਦੇ ਸ਼ਹਿਰਾਂ ਵਿੱਚ, ਪੰਜਾਬ ਦੇ ਸ਼ਹਿਰਾਂ ਵਿੱਚ ਇਹ ਤਬਲੀਗੀ ਨਾਲੋਂ ਘੱਟ ਸੀਗਾ। ਔਰ ਜੋ 22 ਤਰੀਕ ਨੂੰ ਥਾਲ ਅਤੇ ਪਤਾ ਨਹੀਂ ਕੀ ਡਰੰਮ ਢੋਲ ਵਜਾ ਕੇ ਹਜ਼ਾਰਾਂ ਦੀ ਤਾਦਾਦ ਵਿੱਚ ਬਾਜ਼ਾਰਾਂ ਵਿੱਚ ਲੋਕ ਘੁੰਮੇ, ਕੱਲ੍ਹ ਰਾਤ ਵੀ ਦਿਖਾ ਰਹੇ ਸੀ ਮਸ਼ਾਲਾਂ ਦੇ ਨਾਲ ਘੁੰਮਦੇ, ਇਹ ਤਬਲੀਗੀ ਨਾਲੋਂ ਘੱਟ ਨਾ ਲੈ ਕੀ ਆ। ਉਹ ਤਾਂ ਫਿਰ ਵੀ ਪਾਠ ਕਰ ਰਹੇ ਸੀ ਈਦਗਾਹ ਦੇ ਵਿੱਚ, ਤੁਸੀਂ ਤਾਂ ਮਜ਼ਾਕ ਉਡਾ ਰਹੇ ਹੋ, ਤੁਸੀਂ ਤਾਂ ਬਾਹਰ ਨਿਕਲ ਕੇ ਜਲੂਸ ਕੱਢ ਰਹੇ ਹੋ, ਭਾਰਤ ਦਾ ਜਲੂਸ ਕੱਢਿਆ, ਪੰਜਾਬ ਦਾ ਜਲੂਸ ਕੱਢਿਆ, ਖੁਦ ਦਾ ਜਲੂਸ ਕੱਢਿਆ। ਔਰ ਅੱਜ ਮੈਂ ਕਹਿਣਾ ਚਾਹੁੰਦਾ, ਦੇਖੋ ਕੁਦਰਤ ਬੜੀ ਬੇਅੰਤ ਹੈ, ਮੈਂ ਪਹਿਲਾਂ ਵੀ ਕਿਹਾ ਸੀ, ਆਪਾਂ ਕੁਦਰਤ ਨਾਲ ਛੇੜਛਾੜ ਜਦੋਂ ਕਰਦੇ ਹਾਂ ਉਹਦਾ ਇਫੈਕਟ ਹੋ ਰਿਹਾ ਵਾ। ਪਿਛਲੇ 14-15 ਦਿਨ ਤੋਂ ਕਰਫਿਊ ਜਾਂ ਲੋਕਡਾਊਨ ਹੋਣ ਕਰਕੇ ਸਾਰਾ ਵਾਤਾਵਰਨ ਕੁਦਰਤੀ ਸਾਫ਼ ਹੋ ਗਿਆ। ਗੰਗਾ, ਜਮੁਨਾ, ਬਿਆਸ ਦਰਿਆ, ਬੁੱਢਾ ਨਾਲਾ, ਜਿੱਥੇ ਕਰੋੜਾਂ ਰੁਪਏ ਖਰਚਦੀ ਸਰਕਾਰ, ਲੇਕਿਨ ਅੱਜ ਤੱਕ ਉਹਨੂੰ ਸਾਫ਼ ਸਫਾਈ ਨਹੀਂ ਕਰ ਸਕੀ, ਉਹਦੀ ਪੋਲਿਊਸ਼ਨ ਕੰਟਰੋਲ ਨਹੀਂ ਕਰ ਸਕੀ, ਉਹਦੀ ਗੰਦਗੀ ਨਹੀਂ ਕੱਢ ਸਕੀ। ਕੁਦਰਤ ਨੇ 10-12-13 ਦਿਨ ਲੋਕਾਂ ਦੀ ਮੁਦਾਖਲਤ ਘਟੀ ਕੁਦਰਤ ਦੇ ਵਿੱਚ, ਅਤੇ ਸਾਰੇ ਦਰਿਆ ਸਾਡੇ ਸਾਫ਼ ਹੋ ਗਏ, ਸਾਰੀਆਂ ਸਾਡੀਆਂ ਨਦੀਆਂ ਜਿੰਨੇ ਕੈਨਾਲ ਸੀਗੇ, ਬਲਕਿ ਆਹ ਭੁਲੱਥ ਵਿੱਚ ਸਾਡੇ ਕਾਲੀ ਵਈ ਜਿਹੜੀ ਗੁਰੂ ਸਾਹਿਬ ਨਾਲ ਕਨੈਕਟਡ ਹੈ, ਗੁਰੂ ਨਾਨਕ ਸਾਹਿਬ ਨਾਲ, ਉਹਦਾ ਪਾਣੀ ਸਾਫ਼ ਹੋ ਗਿਆ ਵਾ। ਆਪਣੇ ਲੱਖ ਯਤਨਾਂ ਨਾਲ ਸਾਫ਼ ਨਹੀਂ ਹੋਇਆ, ਕੁਦਰਤ ਦੇ ਉੱਦਾਂ ਹੀ ਉਹਦੇ 'ਚ ਇੰਟਰਫੇਰੈਂਸ ਨਾ ਕਰਨ ਨਾਲ ਜਿਹੜਾ ਸਾਡੇ ਪਾਣੀ ਸਾਫ਼ ਹੋ ਗਏ। ਸਾਰੇ ਪੰਜਾਬ 'ਚੋਂ ਸਾਡੇ ਭੁਲੱਥ 'ਚੋਂ ਲੱਗ ਗਏ ਨਾ, ਇੱਥੋਂ ਜਿਹੜਾ ਕਾਂਗੜਾ ਅਤੇ ਧਰਮਸ਼ਾਲਾ ਦੇ ਜਿਹੜੇ ਪਹਾੜ ਨੇ, ਜਿਨ੍ਹਾਂ ਦੇ ਪਿੱਛੇ ਧੌਲਾਧਾਰ ਪਹਾੜ ਨੇ, ਧੌਲਾਧਾਰਸ, ਉਹ ਸਾਰੇ ਇੱਥੋਂ ਸਾਨੂੰ ਭੁਲੱਥ 'ਚੋਂ ਖੜਿਆਂ ਨੂੰ ਸਾਫ਼ ਨਜ਼ਰ ਆਉਂਦੇ। ਮੈਂ ਬਚਪਨ 'ਚ ਦੇਖਦਾ ਹੁੰਦਾ ਸੀਗਾ, ਆਮ ਤੌਰ 'ਤੇ ਇਹ ਸਾਰੀ ਜਿਹੜੀ ਧੌਲਾਧਾਰ ਦੇ ਰੇਂਜਸ ਸੀਗੇ ਜਾਂ ਜਿਹੜੇ ਸਨੋਅ ਕਲੈਡ ਜਿੱਥੇ ਬਰਫ਼ ਪਈ ਹੁੰਦੀ ਸੀਗੀ, ਉਹ ਸਾਰੇ ਪਹਾੜ ਸਾਨੂੰ ਦਿਸਦੇ ਸੀ। ਪਿਛਲੇ 25-35 ਸਾਲ 'ਚ ਆਪਾਂ ਹੀ ਕੁਦਰਤ ਨਾਲ ਇੰਨੀ ਛੇੜਛਾੜ ਕੀਤੀ ਕਿ ਸਾਰਾ ਵਾਤਾਵਰਨ ਗੰਦਲਾ ਹੋ ਗਿਆ, ਧੁੰਦਲਾ ਹੋ ਗਿਆ, ਹਵਾ ਦੇ ਵਿੱਚ ਪੋਲਿਊਸ਼ਨ ਹੋ ਗਈ। ਉਹੀ ਹਵਾ ਆਪਾਂ ਸਾਹ ਲੈਂਦੇ ਹਾਂ, ਹਜ਼ਾਰਾਂ ਸਾਹ ਆਪਾਂ ਰੋਜ਼ ਲੈਂਦੇ ਹਾਂ, ਆਪਾਂ ਆਪਣੀ ਹਵਾ ਹੀ ਖਰਾਬ ਕਰਤੀ, ਆਪਾਂ ਪਾਣੀ ਖਰਾਬ ਕਰਤਾ, ਆਪਾਂ ਫਲ ਫਰੂਟ ਸਬਜ਼ੀਆਂ ਹਰ ਇੱਕ ਗੱਲ 'ਚ ਮੁਦਾਖਲਤ ਕਰਤੀ। ਤੁਸੀਂ ਦੇਖ ਰਹੇ ਹੋ ਕਿ ਪਿਛਲੇ ਕੁਛ ਦਿਨਾਂ ਤੋਂ ਜਾਨਵਰ ਬਾਹਰ ਆ ਗਏ ਨੇ, ਜਿੱਥੇ ਚੰਡੀਗੜ੍ਹ ਦੇ ਵਿੱਚ ਲੈਪਰਡ ਦੇਖਿਆ ਲੋਕਾਂ ਨੇ, ਹਿਰਨ ਬਾਹਰ ਆਏ ਹੋਏ ਨੇ, ਸਮੁੰਦਰਾਂ 'ਚੋਂ ਡੋਲਫਿਨ ਜਿਹੜੀਆਂ ਮੱਛੀਆਂ ਜਿਹੜੀਆਂ ਇਨਸਾਨ ਦੀਆਂ ਇੱਕ ਦੋਸਤ ਮੰਨੀਆਂ ਜਾਂਦੀਆਂ ਨੇ, ਜਿਹੜੀਆਂ ਡਰਦੀਆਂ ਭੱਜ ਗਈਆਂ ਸੀ ਪਰੇ ਜਦੋਂ ਦੇ ਸਮੁੰਦਰਾਂ 'ਚ ਆਹ ਸਾਰੀ ਐਕਟੀਵਿਟੀ ਘਟਾਈ। ਮੈਂ ਨਹੀਂ ਕਹਿੰਦਾ ਕਿ ਸਾਰਾ ਕੁਛ ਬੰਦ ਹੋ ਜਾਣਾ ਚਾਹੀਦਾ, ਬਟ ਇਹ ਸਮਝੋ ਕਿ ਕੁਦਰਤ ਦਾ ਤੁਹਾਨੂੰ ਸੁਣਿਆ ਕੀ ਹੈ। ਕੁਦਰਤ ਦਾ ਸੁਣਿਆ ਇਹ ਆ ਕਿ ਕੁਦਰਤ ਦੇ ਵਿੱਚ ਕੁਦਰਤ ਦੇ ਨਾਲ ਛੇੜਛਾੜ ਨਾ ਕਰੋ, ਦਰਖਤ ਨਾ ਵੱਢੋ, ਆਬੋ ਹਵਾ ਖਰਾਬ ਨਾ ਕਰੋ, ਪਾਣੀ ਨੂੰ ਗੰਦਲਾ ਨਾ ਕਰੋ, ਛੱਪੜਾਂ ਨੂੰ ਸਾਫ਼ ਰੱਖੋ। ਇਹ ਸਾਡੀ ਮਦਦ ਵਾਸਤੇ ਕੁਦਰਤ ਕਰ ਰਹੀ ਹੈ ਸਭ ਕੁਛ। ਔਰ ਇਸ ਲਈ ਮੈਂ ਕਹਿਣਾ ਚਾਹੁੰਦਾ ਕਿ ਬਹੁਤ ਦੁੱਖ ਹੋਇਆ ਜੋ ਕੱਲ੍ਹ ਡਰਾਮੇਬਾਜ਼ੀ ਹੋਈ ਆ, ਪੋਲੀਟੀਕਲ ਡਰਾਮੇਬਾਜ਼ੀ। ਸਿਰਫ ਮੈਨੂੰ ਲੱਗਦਾ ਮੋਦੀ ਸਾਹਿਬ ਨੇ ਦਿਖਾਉਣਾ ਚਾਹਿਆ ਕਿ ਦੇਖੋ ਮੇਰੀ ਇੱਕ ਕਾਲ 'ਤੇ ਸਾਰਾ ਭਾਰਤ ਦੀਆਂ ਲਾਈਟਾਂ ਬੰਦ ਹੋ ਗਈਆਂ, ਮੇਰੀ ਇੱਕ ਕਾਲ 'ਤੇ ਰਾਤ ਲੋਕਾਂ ਨੇ ਟੈਲੀਫੋਨਾਂ ਦੀਆਂ ਲਾਈਟਾਂ ਜਗਾ 'ਤੇ। ਚੰਗੇ ਲੀਡਰ ਸਾਡੇ ਕਾਂਗਰਸ ਦਾ, ਇੱਥੇ ਮੇਰਾ ਗੁਆਂਢੀ ਆ, ਮੈਂ ਪ੍ਰਧਾਨ ਮੰਤਰੀ ਸਾਹਿਬ ਦੇ ਕਹਿਣ 'ਤੇ ਫੋਨ ਦੀਆਂ ਲਾਈਟਾਂ ਜਗਾਊਂਗਾ। ਅਕਲ ਕਰੋ, ਥੋੜ੍ਹੀ ਜਿਹੀ ਸ਼ਰਮ ਕਰੋ, ਕਿਹੜੇ ਦੌਰ 'ਚੋਂ ਲੰਘ ਰਹੇ ਹਾਂ, ਕਿੱਦਾਂ ਦਾ ਕ੍ਰਾਈਸਿਸ ਹੈ। ਔਰ ਗਰੀਬਾਂ ਤੱਕ ਰਾਸ਼ਨ ਨਹੀਂ ਪਹੁੰਚ ਰਿਹਾ, ਉਹ ਭੁੱਖੇ ਪੇਟ ਸੌਣ 'ਤੇ ਲਾਚਾਰ ਨੇ। ਅੱਜ ਹੀ ਕੱਲ੍ਹ ਇੱਕ ਪਿੰਡ ਆ, ਇੱਕ ਮੋਗਾ ਅਖਬਾਰ 'ਚ ਆਇਆ, ਟ੍ਰਿਬਿਊਨ ਅਖਬਾਰ 'ਚ, ਕੋਠਿਆਂ 'ਤੇ ਚੜ੍ਹ ਕੇ ਮਜ਼ਦੂਰ ਕਹਿੰਦੇ ਨੇ ਕਿ ਸਾਨੂੰ ਰਾਸ਼ਨ ਨਹੀਂ ਪਹੁੰਚ ਰਿਹਾ। ਠੀਕ ਹੈ, ਪੰਜਾਬ ਵਿੱਚ ਰਾਸ਼ਨ ਦੀ ਕਸਰ ਨਹੀਂ ਛੱਡੀ ਲੋਕਾਂ ਨੇ, ਜਥੇਬੰਦੀਆਂ ਨੇ, ਸਮਾਜਿਕ ਧਾਰਮਿਕ ਜਥੇਬੰਦੀਆਂ ਨੇ ਹਰ ਗਰੀਬ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ, ਲੰਗਰ ਬਹੁਤ ਸੇਵਾ ਕੀਤੀ, ਹਰ ਸੰਸਥਾ ਦਾ ਅਸੀਂ ਰਿਣੀ ਹੈ। ਪਰ ਗਵਰਨਮੈਂਟ ਦੀ ਜਿਹੜੀ ਰਿਸਪੋਂਸਿਬਿਲਿਟੀ ਸੀ, ਜਿਹੜੀ 15 ਦਿਨ ਤੋਂ ਅੱਜ ਵੀ ਹਾਲੇ ਤੱਕ ਗਵਰਨਮੈਂਟ ਦੀ ਰਿਸਪੋਂਸਿਬਿਲਿਟੀ, ਤੁਸੀਂ ਪੁੱਛ ਸਕਦੇ ਆਮ ਇੱਥੇ ਨਾਗਰਿਕਾਂ ਨੂੰ, ਕੋਈ ਸਰਕਾਰ ਵੱਲੋਂ ਮਦਦ ਨਹੀਂ ਪਹੁੰਚੀ, ਬਸ ਲਿਸਟਾਂ ਹੀ ਲਈ ਜਾਂਦੇ ਨੇ, ਲਿਸਟਾਂ ਹੀ ਲਈ ਜਾਂਦੇ ਨੇ। ਹੁਣ ਮੈਨੂੰ ਪਤਾ ਲੱਗਿਆ ਕਿ ਕੈਪਟਨ ਸਾਹਿਬ ਦੀ ਫੋਟੋ ਵਾਲੇ ਰਾਸ਼ਨ ਦੇ ਬੈਗਸ ਜਿਹੜੇ ਨੇ ਉਹ ਹੁਣ ਪਹੁੰਚੇ ਨੇ MLAਆਂ ਦੇ ਕੋਲ। ਔਰ ਕੁਛ MLA ਕੁਲੀਗਸ ਨਾਲ ਮੈਂ ਡਿਸਕਸ ਕੀਤਾ, ਉਹ ਕਹਿੰਦੇ ਜੀ ਪਹੁੰਚੇ ਨੇ, ਲੇਕਿਨ ਪਹੁੰਚੇ ਨੇ 2-2 ਹਜ਼ਾਰ। ਹੁਣ ਹਲਕਾ ਭੁਲੱਥ ਵਿੱਚ 2.5-3 ਲੱਖ ਆਬਾਦੀ ਹੈ, ਮਤਲਬ 1,32,000-33,000 ਵੋਟ ਹੈ, ਅਤੇ 2.5-3 ਲੱਖ ਦੀ ਆਬਾਦੀ 'ਚ 2,000 ਬੈਗ, ਜਿਹਦੇ 'ਚ 5 ਕਿਲੋ ਆਟਾ ਵਾ ਅਤੇ 2 ਕਿਲੋ ਦਾਲ ਹੈ ਅਤੇ 1 ਕਿਲੋ ਚੀਨੀ ਹੈ,
ਉਹ ਐਡੀ ਵੱਡੀ ਆਬਾਦੀ ਨੂੰ 2000 ਬੈਕ ਕੀ ਕਰ ਸਕਦਾ। ਪਰ ਚਲੋ ਅਸੀਂ ਫਿਰ ਵੀ ਉਸ ਦਾ ਇੰਤਜ਼ਾਰ ਕਰ ਰਹੇ ਹਾਂ ਕਿ ਘੱਟੋ ਘੱਟ ਆਪਣੀ ਜ਼ਿੰਮੇਵਾਰੀ ਜਿਹੜੀ ਆ ਇੱਥੇ ਆਣ ਕੇ ਲੋਕਾਂ ਤੱਕ ਪਹੁੰਚਦੀ ਕਰੋ।